ਹੁਣ ਸਾਰਿਆਂ ਨੂੰ ਹੀ ਦਿੰਦਾ, ਹੁਣ ਨਹੀਂ ਕੋਈ ਬੋਲਦਾ ਵੀ ਮਸ਼ੀਨ ਲੰਘ ਗਈ, ਅਤੇ ਜਦੋਂ ਸਾਡੇ ਵਰਗੇ ਤੋਂ ਮਿੱਟੀ ਨਹੀਂ ਲੱਗਦੀ ਨਾਲ, ਉਦੋਂ ਕਹਿਣਗੇ ਵੀ ਹਾਂ ਮਿੱਟੀ ਨਹੀਂ ਲਾਈ। ਆਹ ਮੋਟਰ ਆਪਣੀ ਪਾਣੀ 'ਚ ਪਈ ਸੀ, ਚੱਕ ਕੇ ਤਾਂ ਲਿਆਂਦੀ। 20 ਮਿੰਟਾਂ ਦਾ ਟਾਈਮ ਦਿੱਤਾ ਜੀ, ਅੱਧਾ ਘੰਟਾ ਹੋਈ ਚੱਲਿਆ ਆਪਾਂ ਨੂੰ। ਆਇਰਨ ਜਿਹਾ ਪਾਈ ਜਾਂਦੇ ਨੇ ਇਹਨੂੰ, ਆਹ ਦੇਖੋ ਇੱਟਾਂ ਦੀ ਤਾਂ ਐਸੀ ਤਾਂ ਅਸੀਂ ਕਰਤੀ ਮੈਨੂੰ ਲੱਗਦਾ ਅੱਜ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਾਰਿਆਂ ਦਾ ਵੈਲਕਮ ਆਪਣੇ ਚੈਨਲ 'ਤੇ। ਲਓ ਮਿੱਤਰੋ, ਪਾਰਟ 2 ਬਣਾਉਣ ਲੱਗ ਗਏ ਆਪਾਂ, ਹੈ ਨਾ। ਅਤੇ ਦੇਖ ਸਕਦੇ ਹੋ ਤੁਸੀਂ, ਹੁਣ ਪਰਲੀ ਸਾਈਡ ਚੱਲਦੇ ਹਾਂ, ਸਿਨਮੈਟਿਕ 'ਚ ਰਿਕਾਰਡ ਕਰੀ ਜਾਂਦੇ ਆਪਾਂ 1x ਅਤੇ 3x 'ਤੇ ਕਰਕੇ ਤੁਹਾਨੂੰ ਫਿਰ ਦਿਖਾਉਂਦੇ ਹਾਂ। ਓਹੋ ਹੋ, ਝੜ ਗਏ ਜੇ, ਬੜੇ ਮਰਾਉਂਦਾ ਇਹਦਾ ਮਸ਼ੀਨ ਨੂੰ। ਪਤਾ ਨਹੀਂ ਕਿੰਨੇ ਸਿਲੰਡਰ ਇੰਜਣ ਹੈ, ਧੂੜਾਂ ਹੀ ਵੱਟੀ ਜਾਂਦਾ। ਬੱਸ ਕਰ ਗਿਆ ਮੈਨੂੰ ਤਾਂ ਲੱਗਦਾ। ਲਓ ਮਿੱਤਰੋ, ਅਸੀਂ ਆਪ ਲਿਬੜ ਗਏ, ਅਤੇ ਆਹ ਮੋਟਰ ਆਪਣੀ ਪਾਣੀ 'ਚ ਪਈ ਸੀ, ਚੱਕ ਕੇ ਤਾਂ ਲਿਆਂਦੀ, ਅਤੇ ਜਿਹੜਾ ਜਨਰੇਟਰ ਵਾਲਾ ਸੁੰਡ ਸੀ ਇਹ ਵੀ ਕਰਤਾ। ਬਸ ਹੁਣ ਇਹਨੂੰ ਕਹਾਂ ਡੂੰਘਾ ਪੱਟ ਦੇ ਇੱਥੇ। ਮੈਂ ਨੈਕਸਟ ਕਰ ਲਈ। ਵੇਖੋ ਕਿੰਨੇ ਉਹ ਜ਼ੋਰ ਲੱਗਦਾ, ਉਹ ਜ਼ੋਰ ਕਿੰਨਾ ਲੱਗਦਾ ਇਹਦਾ। ਪੈਪ ਤਾਂ ਹੈ ਨਹੀਂ ਇੱਥੇ ਕੋਈ, ਪਰ ਇਹਦਾ ਹੈ ਹੀ ਨਹੀਂ ਕਿਸੇ ਦੀ। ਖੜਾ ਖੜਾ ਕੋਈ ਨਹੀਂ। ਓ ਤਿਲਕ ਕੇ ਮਿੱਟੀ ਦੇਖੋ ਕੀ ਚੀਕਣੀ ਹੋਈ, ਤਾਂ ਹੀ ਤਾਂ ਆਪਾਂ ਤਿਲਕੀ ਜਾਂਦੇ ਜੀ। ਆਹ ਦੇਖ ਸਕਦੇ ਤੁਸੀਂ ਮਿੱਤਰੋ, ਵਾਹਣਾਂ ਦਾ ਪਾਣੀ ਨਿਕਲੀ ਜਾਂਦਾ ਸੂਏ 'ਚ ਹੀ। ਇਹਨੂੰ ਕਹਿ ਪਰੇ ਹੀ ਰੱਖ, ਉੱਧਰ ਪਰੇ ਹੀ ਰੱਖੀ ਆ। ਛਿੱਟੇ ਪਈ ਜਾਂਦੇ ਉਧਰੋਂ। ਚਲੋ ਕੋਈ ਨਹੀਂ, ਆਪਦੇ ਕੰਮ ਆ, ਹੈ ਨਾ। ਜੇ ਨਾ ਹੁੰਦੇ ਮੌਕੇ 'ਤੇ ਫਿਰ ਦੇਖ ਲਓ ਕੀ ਬਹਾਨਾ ਸੀਗਾ, ਇਹਨਾਂ ਨੇ ਤਾਂ ਧਾਕੀ ਦੇਣੀ ਸੀ ਸਿੱਧੀ ਮਸ਼ੀਨ। ਇਹਨੂੰ ਕਹਿ ਹੋਰ ਪੱਟ ਦੇ, ਡੂੰਘਾ ਲਾ ਦੇ। ਅੱਜ ਜਦੋਂ ਮੋੜੂਗਾ ਉਦੋਂ ਕਿਉਂ, ਇਹ ਤਾਂ ਡੂੰਘਾ ਪਟਾ ਲੈਣਾ ਮਿੱਤਰੋਂ, ਉਨਾ ਹੀ ਫਾਇਦਾ, ਹੈ ਨਾ। ਬਾਕੀ ਧੁੱਪ ਪੂਰੀ ਐਂ ਸ਼ਿਕਾਟ ਪਾਈ ਜਾਂਦੀ, ਸਿੱਧੀ ਮੂੰਹ 'ਤੇ ਆਈ ਜਾਂਦੀ ਹੈ। ਮੋਕ ਹੀ ਹੈ ਨੀਰੀ। ਸਗੋਂ ਰਹਿਣ ਦੋ ਵਿੱਚ, ਫਿਰ ਲਿਆਵਾਂਗੇ, ਉੱਤੇ ਆਊਗੀ। ਕੇਵਲ ਕੱਢਦੇ ਮਿੱਤਰੋ, ਇਹਦੇ ਵਿੱਚ ਹੀ ਨੱਪ ਰੱਖੀਏ, ਮਿੱਟੀ ਆਊਗੀ ਇੱਥੋਂ ਤੱਕ। ਵਾ ਵਾਧੂ ਆ ਇੰਨੀ,
ਲਓ ਮਿੱਤਰੋ, ਉੱਧਰੋਂ ਨਾਂਘਾ ਹੈ ਨਹੀਂ ਸੀ ਮੋਟਰਸਾਈਕਲ ਆਪਣਾ ਖੜ੍ਹਾ ਦੂਜੇ ਪਾਸੇ, ਮੈਂ ਇੱਧਰ ਦੀ ਘੁੰਮ ਕੇ ਆਇਆ ਵਾਹਣੇ ਵਾਹਣ ਅਤੇ ਮੈਂ ਲਿਆਉਂਦਾ ਮੋਟਰਸਾਈਕਲ ਆਪਣੇ, ਬਹੁਤ ਡੂੰਘਾ ਪੜਤਾ ਉਹਨਾਂ ਨੇ, ਬਾਕੀ ਉੱਧਰੋਂ ਪਰਲੇ ਰੌਲਾ ਪਾਉਣ ਲੱਗ ਗਏ, ਕਹਿੰਦੇ ਸਾਡਾ ਰਾਹ ਬੰਦ ਕਰਤਾ। ਐਂ ਕਰਦੇ ਆ ਮਸ਼ੀਨਾਂ ਵਾਲੇ, ਆਪਣੀਆਂ ਵੀ ਹੁਣ ਪੈਪਾਂ ਪਾਰਟੀ ਦੇਣੀਆਂ ਇਹਨਾਂ ਨੇ, ਪਤਾ ਨਹੀਂ ਲੱਗਣਾ ਸੀ। ਆਪਣੇ ਵਾਲੇ ਪਾਸੇ ਤਾਂ ਬਹੁਤ ਮਿੱਟੀ ਸਿੱਟੀ, ਉੱਨੀ ਪਰੇ ਸਿੱਟੀ ਜਾਂਦੇ ਸੀ ਅਤੇ ਉਹਨਾਂ ਦਾ ਰਾਹ ਬੰਦ ਹੋ ਗਿਆ, ਹੁਣ ਸਾਡਾ ਤਾਂ ਪਹਿਲਾਂ ਹੀ ਬੰਦ ਹੋ ਗਿਆ ਸੀ। ਚਲੋ ਕੋਈ ਨਾ, ਲਓ ਮਿੱਤਰੋ ਅੱਜ ਆ ਉਦੋਂ ਅਗਲਾ ਦਿਨ, ਕੱਲ੍ਹ ਤੁਸੀਂ ਦੇਖਿਆ ਸੀ ਹੈ ਨਾ, ਅਤੇ ਆਪਾਂ ਰੇਹ ਛੱਡ ਕੇ ਆਏ ਸੀ ਮੋਟਰ 'ਤੇ, ਫਿਰ ਉਦੋਂ ਬਾਅਦ ਉਹਨੂੰ ਮਸ਼ੀਨ ਵਾਲੀਆਂ ਕਲਿੱਪਾਂ ਵਿੱਚ ਐਡ ਕੀਤੀਆਂ ਸੀ, ਅਤੇ ਅੱਜ ਆ ਉਦੋਂ ਅਗਲਾ ਦਿਨ ਅਤੇ ਰੇਹ ਲੈਣ ਆਇਆ। ਥੋੜ੍ਹੀ ਘੱਟ ਸੀਗੀ ਹੈ ਨਾ ਆਪਣੇ ਕੋਲ, ਅਤੇ ਥੋੜ੍ਹੀ ਫਾਲਤੂ ਵੀ ਲੈ ਜਾਂਗੇ ਨਾ ਗਾਂ ਕਣਕਾਂ ਵੇਲੇ, ਚਲੋ ਕੰਮ ਆਜੂਗੀ, ਉਹ ਉੱਥੋਂ ਲੈ ਕੇ ਜਾਣੀ ਹੈ। ਇਹਨਾਂ ਦਾ ਗੋਦਾਮ ਹੈ ਇੱਧਰ, ਅਤੇ ਦੁਕਾਨ ਪਿਛਲੀ ਸਾਈਡ ਹੈ ਇੱਧਰ, ਅਤੇ ਬਸ ਆਉਂਦਾ ਬਾਈ। 20 ਮਿੰਟ ਦਾ ਟਾਈਮ ਦਿੱਤਾ ਜੀ, ਅੱਧਾ ਘੰਟਾ ਹੋਈ ਚੱਲਿਆ ਆਪਾਂ ਨੂੰ, ਚਲੋ ਕੋਈ ਨਹੀਂ। ਲਓ ਮਿੱਤਰੋ ਟਰੈਕਟਰ ਆਪਾਂ ਮੋੜ ਕੇ ਲਾ ਲਿਆ ਗੋਦਾਮ ਦੇ ਸਾਹਮਣੇ, ਉਹ ਦੁਕਾਨ ਤੁਸੀਂ ਦੇਖ ਸਕਦੇ ਹੋ, ਆਇਆ ਨਹੀਂ ਹਜੇ ਸਰਸੇ, ਕਹਿੰਦਾ ਮੈਂ ਪਹੁੰਚਿਆ, ਅਤੇ ਫੋਨ ਕਰਕੇ ਪਹਿਲਾਂ ਹੀ ਕਹਿਤਾ, ਕਹਿੰਦਾ 20 ਮਿੰਟਾਂ ਤੱਕ ਆ ਜਾਓ ਤੁਸੀਂ, ਹਿਸਾਬ ਲਾ ਲਓ ਹੁਣ ਪੌਣਾ ਘੰਟਾ ਹੋਣ ਵਾਲਾ। ਚਲੋ ਕੋਈ ਨਹੀਂ, ਰੇਹ ਤਾਂ ਲਿਜਾਣੀ ਹੈ ਹੈ ਨਾ, ਕਹਿੰਦਾ ਟਾਈਮ ਲੱਗੂਗਾ, ਬਾਕੀ ਇੱਥੇ ਗਿੰਬਲ ਹੈ ਨਹੀਂ, ਮੱਡਗਾਰਡ 'ਤੇ ਰੱਖ ਕੇ ਇੱਥੇ ਟਾਈਮਲੈਸ ਲਾ ਦਿੰਦਾ। ਲਓ ਵੀ ਬਾਈ ਆਇਆ ਹਜੇ ਵੀ ਨਹੀਂ, ਆਪਾਂ ਤਾਂ ਖੜ੍ਹੇ ਹਾਂ ਬਸ, ਵੀ ਕੀ ਜਾਂਦੇ ਬੰਦ ਆ ਗਈ ਹੈ, ਮੌਸਮ ਦੇਖੋ ਬਾਕੀ ਬਦਲਵਾਈ ਕਿਵੇਂ ਹੋ ਗਈ, ਮੌਸਮ ਵੀ ਸਾਰਾ ਚੇਂਜ ਹੋ ਗਿਆ, ਘੰਟਾ ਹੋ ਗਿਆ ਆਪਾਂ ਨੂੰ, ਘੰਟੇ ਦੁੱਤੇ ਹੀ ਹੋ ਗਿਆ, ਅਜੇ ਤੱਕ ਤਾਂ ਆਇਆ ਨਹੀਂ, ਦੇਖੋ ਕਿਤੇ ਕਵੇ ਵੀ ਸਵੇਰੇ ਆ ਜਾਓ, ਦੇਖਦੇ ਬਾਕੀ ਕੀ ਬਣਦਾ। ਉਹ ਕਰਦੇ ਕਰਦੇ ਐਂ ਹਨੇਰਾ ਹੋ ਗਿਆ ਹੈ ਨਾ, ਜਿਹੜੇ ਹੋਰ ਮਤਲਬ ਬਾਈ ਆਏ ਵੀ ਸੀ ਉਹਨਾਂ ਨੂੰ ਦਵਾਈਆਂ ਦੇਣ ਲੱਗ ਗਿਆ ਸਪਰੇਅ ਸਪਰੂ, ਅਤੇ ਕਰਦੇ ਕਰਦੇ ਹੋਈ ਗਿਆ ਲੇਟ, ਹੁਣ 20 ਗੱਟੇ ਆਪਣੇ ਲੱਦਣੇ ਆ, ਲੱਦ ਕੇ ਅਤੇ ਫਿਰ ਚੱਲਦੇ ਹਾਂ, ਮੌਸਮ ਕੁਛ ਜ਼ਿਆਦਾ ਹੀ ਖਰਾਬ ਹੋਈ ਜਾਂਦਾ, ਦੇਖ ਸਕਦੇ ਤੁਸੀਂ ਬੱਦਲ ਬਹੁਤ ਜ਼ਿਆਦਾ ਬਣੀ ਜਾਂਦੇ ਆ, ਬਸ ਚੱਲਦੇ ਹਾਂ ਹੁਣ, ਐਵੇਂ ਨੁਕਸਾਨ ਨਾ ਕਰਾ ਲਈਏ ਹੈ ਨਾ, ਮੀਂਹ ਮੂੰਹ ਆ ਗਿਆ ਤਾਂ ਪੱਥਰ ਬਣ ਜਾਣੀ ਇਹ, ਚਲੋ ਚੱਲਦੇ ਹਾਂ। ਲਓ ਵੀ ਮਿੱਤਰੋ ਇੱਧਰ ਦੇਖੋ, ਆਪਾਂ ਜਿਹੜਾ ਪਾਊਡਰ ਆਇਰਨ ਜਿਹਾ ਪਾਈ ਜਾਂਦੇ ਨਾ ਇਹਨੂੰ, ਆਹ ਦੇਖੋ ਜਿਵੇਂ ਜੰਗਾਲ ਜੀ ਨਹੀਂ ਦਿੰਦੀ ਹੁੰਦੀ ਗੀ, ਹੁਣ ਇਹਨਾਂ ਝੋਨਾ ਵੇਖੋ ਚੱਲਦਾ, ਪੂਰੀ ਤਾਕਤ ਮਿਲਣੀ ਇਹਨੂੰ ਹੁਣ। ਇਦੂ ਬਾਅਦ ਹੁਣ ਯੂਰੀਆ ਦਾ 1-1 ਗੱਟਾ ਪਾ ਦੇਣਾ ਆਪਾਂ, ਦੇਖਿਓ ਫਿਰ ਕੀ ਬਣਦਾ ਮਾਹੌਲ, ਚੱਲ ਦਿਖਾਵਾਂਗੇ 2-3 ਦਿਨਾਂ 'ਚ ਆਪਾਂ ਨੂੰ ਰਿਜ਼ਲਟ ਦਾ ਪਤਾ ਲੱਗ ਜੂ। ਪਾਣੀ ਹੁਣ ਫੁੱਲ ਹੀ ਹੈ ਇਹਦੇ 'ਚ, ਜਿਹੜੇ 'ਚ ਘੱਟ ਆ ਪਾਈ ਜਾਂਦੇ ਕਿਉਂਕਿ ਸੂਏ 'ਚ ਹੈਗਾ, ਕਈ ਲੋਕਾਂ ਨੇ ਕੱਢਿਆ ਸੀ ਹੈ ਨਾ ਝੋਨਿਆਂ ਦਾ, ਜ਼ਿਆਦਾ ਪੈ ਗਿਆ ਸੀ ਮੀਂਹ, ਵੱਟਾਂ ਦੇ ਉੱਤੋਂ ਟੱਪਦਾ ਹੀ, ਆਹ ਦੇਖੋ ਇੱਧਰ ਸੋਲਰ ਚੱਲੀ ਜਾਂਦਾ ਹੈ, ਇਕੱਲਾ ਸੋਲਰ ਦਾ ਪਾਣੀ ਹੈ ਮੈਨੂੰ ਜਿੱਥੋਂ ਤੱਕ ਲੱਗਦਾ, ਹਾਂ ਲੈਟ ਹੈ ਨਹੀਂ ਮੋਟਰ ਵਾਲੀ, 8 ਵਜੇ ਉੱਠ ਗਈ ਸੀ, ਆਹ ਦੇਖੋ ਇਕੱਲਾ ਸੋਲਰ ਦਾ ਪਾਣੀ ਚੱਲੀ ਜਾਂਦਾ ਹੈ, ਲੱਗ ਜਾਣਾ ਇਹਨੇ ਬਾਕੀ, ਉਹ ਦੇਖੋ ਮਸ਼ੀਨ ਲਈ ਆਉਂਦੇ ਇਹ ਹੁਣ ਬਈ, ਉਹ ਲੋਡਰ ਉਹ ਤੇ ਟਰਾਲੇ ਦੇ ਤਾਂ ਲੱਦਦੇ ਨਹੀਂ ਕਿਤੇ, ਨੁਕਸਾਨ ਕਰਦੇ ਆ, ਹੁਣ ਆਪਣੇ ਉੱਥੋਂ ਲੰਘਾਇਆ ਇਹਨਾਂ ਨੇ ਉਹ ਕਿੱਲੇ ਤੋਂ, ਆਹ ਟਾਵਰ ਵਾਲੇ ਤੋਂ ਹੀ, ਉਹ ਰਾਹ ਨਾਲੋਂ ਨਾ ਸੜਕ ਹੀ ਐਵੇਂ ਕਰਤੀ ਇੱਧਰ ਨੂੰ ਆਪਣੇ ਵਾਲੇ ਪਾਸੇ ਬਾਂਹ 'ਚ, ਮੈਂ ਚੱਲ ਕੇ ਦਿਖਾਊਂਗਾ ਤੁਹਾਨੂੰ, ਅਤੇ ਹੁਣ ਉਹ ਪਰਲੇ ਪਾਸੇ ਲਈ ਆਉਂਦਾ, ਚਲੋ ਵਧੀਆ ਕਹਿੰਦਾ ਆਪਣੇ ਵਾਲੇ ਪਾਸੇ ਸਾਰੇ ਢਾਲ ਦੂਗਾ, ਇਹ ਮਿੱਟੀ ਲਾਈ ਸੀ ਐਤਕੀ ਆਪਾਂ ਨਾਲੇ ਰਾਹ ਨਾਲ, ਬਸ ਉਹੀ ਗੱਲ ਜਦੋਂ ਲਾਉਂਦੇ ਹਾਂ ਕੋਈ ਨਾ ਕੋਈ ਕਦੀ ਯਾਰ ਟਰਾਲਿਆਂ ਵਾਲੇ ਹੈ ਨਾ ਵਾਹਨ 'ਚ ਲਾਉਣੋਂ ਨਹੀਂ ਹਟਦੇ ਸੀਗੇ, ਹੁਣ ਇਹ ਮਸ਼ੀਨ, ਚਲੋ ਕੋਈ ਬਾਤ ਨਹੀਂ ਸਹਿ ਲੇਂਗੇ,
ਝੋਨੇ ਦਾ ਨੁਕਸਾਨ ਨਾ ਹੋਵੇ, ਮਿੱਟੀ ਤਾਂ ਫਿਰ ਲੱਗ ਜੂਗਾ ਹੈ ਨਾ। ਉਹ ਦੇਖੋ ਪਰਲੀ ਸਾਈਡ ਲਈ ਆਉਂਦਾ ਹੁਣ, ਵੀ ਚੈਣਾ ਘਸਣ ਨਾ ਹੈ ਨਾ, ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਨਾ ਇਹਨਾਂ ਦਾ ਵੀ। ਹੁਣ ਉਹ ਘਾਹ ਦੇ ਉੱਤੇ ਉੱਤੇ ਲਈ ਆਉਂਦਾ, ਜਦੋਂ ਪਹਿਲਾਂ ਗਿਆ ਸੀ ਉਦੋਂ ਇੱਧਰਲੇ ਪਾਸੇ ਲੈ ਗਿਆ ਸੀ, ਹੁਣ ਪਰਲੇ ਪਾਸੇ ਲੈ ਕੇ ਜਾਈ ਜਾਂਦਾ। ਆਵਾਜ਼ਾਂ ਕਰਦੀ ਹੈ, ਬਸ ਇਹਨਾਂ ਨੇ ਪਟਾਈ ਕਰਤੀ ਜਿੰਨੀ ਕਰਨੀ ਸੀ ਉੱਥੋਂ ਤੱਕ, ਹੈ ਨਾ ਆਪਣੇ ਉੱਥੋਂ ਪੈਲੀ ਤੱਕ। ਉੱਥੋਂ ਆਪਾਂ ਵੀ ਡੂੰਘਾ ਪਟਾ ਲਿਆ ਸੀ, ਸੋਲਰ ਵਾਲੀ ਮੋਟਰ ਪੂਰੀ ਪਾਣੀ 'ਚ ਪਈ ਆ ਹੁਣ। ਬਾਕੀ ਜ਼ੋਰਾਂ ਸ਼ੋਰਾਂ 'ਤੇ ਖੁਰਾਕ ਪਾ ਰਹੇ ਹਾਂ, ਝੋਨੇ ਨੂੰ ਖੁਰਾਕ ਮਿਲ ਰਹੀ ਹੈ ਪੂਰੀ, ਸਾਰਾ ਝੋਨਾ ਆਪਣਾ ਚੱਲ ਪਿਆ ਇੱਧਰ ਤਾਂ ਲਗਭਗ। ਉਹ 4 ਕਿੱਲੇ ਥੋੜ੍ਹੇ ਲੇਟ ਲੱਗੇ ਸੀ, ਉਹ ਹੁਣ ਚੱਲ ਪੈਣਗੇ, ਹੈ ਨਾ। ਹੁਣ ਰੇਹ ਦੀ ਵਾਰੀ ਹੈ, ਯੂਰੀਆ ਪਾਈ ਜਾਂਦੇ 1-1 ਗੱਟਾ, ਅਤੇ ਜਿੱਥੋਂ ਤੱਕ ਮੈਨੂੰ ਲੱਗਦਾ ਵੀ 3-3 ਗੱਟੇ ਪੈ ਹੀ ਜਾਣੇ ਹੈ ਕਿੱਲੇ ਨੂੰ। ਉਹੀ ਮੁੰਡਾ ਜਿਹੜਾ ਚਲਾਉਂਦਾ ਜੀ, ਪੱਖਾ ਹੀ ਚੱਲੀ ਜਾਂਦਾ ਅੰਦਰ, ਪਤਾ ਨਹੀਂ ਏਸੀ ਹੂਸੀ ਹੈ ਨਹੀਂ ਗਾ ਕਿ ਖਰਾਬ, ਹੱਥ ਕਿਹੜਾ ਕਰਦਾ। ਚੱਲੇ ਆਏ ਹੁਣ ਉੱਧਰ ਪਟਾਈ ਕਰਨਗੇ ਹੁਣ ਜਾ ਕੇ, ਜਿੱਥੋਂ ਨਾਲੀ ਆਉਂਦੀ ਹੈ ਨਾ ਓਟੂ ਹੈਡ ਆਪਣਾ ਮੇਨ, ਉੱਧਰੋਂ ਦੇਖੋ ਅੱਗੋਂ ਖੁੱਲ੍ਹਾ ਕਰਨਗੇ ਸ਼ਾਇਦ ਤੱਕ। ਚੱਲੇ ਆ ਬਸ ਹੁਣ ਉੱਥੋਂ ਲੱਦਣਗੇ, ਰੁਕਣਾ ਹੀ ਪੈਣਾ ਆਪਾਂ ਨੂੰ ਹੁਣ, ਇਹਨਾਂ ਨੇ ਜਗ੍ਹਾ ਤਾਂ ਦੇਣੀ ਨਹੀਂ। ਇੱਟਾਂ ਦੀ ਤਾਂ ਐਸੀ ਤਾਂ ਅਸੀਂ ਕਰਤੀ ਮੈਨੂੰ ਲੱਗਦਾ, ਅੱਜ ਜਮਾਂ ਹੀ ਪੂਰੀ ਪੂਰੀ ਲੰਘ ਦੀ ਇੱਕ ਤਾਂ, ਹੈ ਨਾ। ਚੱਲ ਕੇ ਦਿਖਾਉਂਦਾ, ਵੱਟ ਵੀ ਬਹਿੰਦੀ ਹੈ ਥੋੜ੍ਹੀ ਥੋੜ੍ਹੀ, ਹੁਣ ਚੱਲ ਕੇ ਦਿਖਾਉਂਦਾ ਉੱਥੇ। ਲਓ ਵੀ ਆਹ ਦੇਖੋ ਇੱਟਾਂ ਸਾਰੀਆਂ ਭੋਰਦੀ ਆਉਂਦੀ ਹੈ, ਮਾੜੀ ਮਾੜੀ ਬ੍ਰੇਕ ਹੀ ਨੱਪਣੀ, ਇਹਦਾ ਜਿਹੜਾ ਸਟੇਅਰਿੰਗ ਹੁੰਦਾ ਉਹ ਦੇਖੋ ਪੂਰੀ ਪੂਰੀ ਜਾਂਦੀ ਹੈ। ਹਜੇ ਤਾਂ ਬਚਾ ਹੀ ਰਹਿ ਗਿਆ, ਜਾਂ ਇੱਧਰ ਹੀ ਲਿਆਂਦੀ ਹੈ ਨਾ ਜ਼ਿਆਦਾਤਰ, ਆਹ ਘਾਹ 'ਤੇ ਚੜ੍ਹਾ ਚੜ੍ਹਾ ਕੇ। ਉਹ ਦੇਖੋ ਇੱਥੇ ਇੱਥੇ ਲੰਘਿਆ, ਦੇਖੋ ਕੀ ਬਣਾਈ ਜਾਂਦੀ ਟਲਿਆਂ ਦਾ। ਉੱਥੇ ਇੱਟਾਂ ਪਈਆਂ ਸੀ, ਇੱਟਾਂ ਨੇ ਜਮ੍ਹਾਂ ਹੀ ਤੋੜਤੀਆਂ ਉਹ ਸੂਏ ਕੰਨੀ। ਆਹ ਦੇਖੋ ਇੱਟਾਂ ਹੀ ਪਾ ਦਿੰਦੀ ਇੱਕ ਪਾਸੇ ਨੂੰ ਸਾਰੀਆਂ। ਆਹ ਦੇਖੋ ਆਹ ਅੱਜ ਹੋਇਆ ਕਾਰਨਾਮਾ, ਇਹ ਹੁਣ ਕਿਹਨੇ ਠੀਕ ਕਰਨੀਆਂ, ਬੱਸਾਂ ਹੀ ਰਹਿਣਗੀਆਂ, ਮਿੱਟੀ ਮੁੱਟੀ ਪੈ ਜੂਗੀ ਮੀਂਹ ਮੂੰਹ ਪੈ ਕੇ, ਹੈ ਨਾ, ਇਹ ਆਪਣੇ ਵਾਹਨ 'ਚ ਹੀ ਡਿੱਗ ਪੈਣਗੀਆਂ ਨੁਕਸਾਨ, ਇਹ ਹੁਣ ਮਿੱਟੀ ਫੇਰ ਲਾਉਣੀ ਪਊ ਅਗਲੇ ਸਾਲ ਨੂੰ। ਇਹਨੂੰ ਤਾਂ ਕੋਈ ਪਰਵਾਹ ਨਹੀਂ ਨਾ, ਇਹਨੇ ਤਾਂ ਜਿਹੜਾ ਕੋਈ ਕਰਨਾ ਹੀ ਉਹ ਤਾਂ ਕਰ ਗਿਆ ਏ। ਆਹ ਜਦੋਂ ਪਹਿਲਾਂ ਲੰਘਾ ਕੇ ਲੈ ਗਏ ਆ, ਆਹ ਇੰਨਾ ਥਾਂ ਆਪਣੇ ਅੰਦਰ ਹੀ ਵਾੜਤਾ ਇਹਨੇ, ਆਏ ਸਿੱਧਾ ਟੇਢਾ ਹੀ ਕਰਤਾ ਦੇਖੋ। ਦੇਖ ਸਕਦੇ ਹੋ ਨਾ ਤੁਸੀਂ ਕਿਵੇਂ ਆਈ ਜਾਂਦੀ ਹੈ ਸੜਕ, ਦੇਖ ਲਓ ਕਿੱਥੇ ਹੈ। ਆਹ ਦੇਖੋ ਸਾਰੀ ਮਿੱਟੀ ਮੁੱਟੀ ਡਲੇ ਡੁਲੇ ਸਾਰੇ ਇੱਧਰ ਨੂੰ ਧੱਕਦੇ। ਵਜਨ ਬਹੁਤ ਹੁੰਦਾ ਇੱਕ ਤਾਂ ਇਹ 'ਚ। ਉੱਧਰ ਵੇਖ ਲਓ ਸਾਈਡ ਕਿਵੇਂ ਦਿੱਤੀ, ਪੂਰਾ ਰਿਸਕੀ ਕੰਮ ਹੁੰਦਾ, ਜੇ ਚੈਨ ਜੀ ਮਾੜੀ ਜੀ ਪੈਰਾਂ 'ਤੇ ਚੜ੍ਹ ਗਈ ਤਾਂ ਬਸ।
ਲਓ ਵੀ ਮੌਕੇ 'ਤੇ ਆਪਣੇ ਝੋਨੇ ਸਾਰੇ 'ਚ ਪਾਣੀ ਖੜ੍ਹਾ ਅਤੇ ਜਿੱਥੇ ਮਾੜਾ ਮੋਟਾ ਲੱਗਦਾ ਟਿੱਬੀਆਂ ਆਈਆਂ ਤਾਂ ਆਪਾਂ ਚਲਾਈ ਜਾਂਦੇ ਹਾਂ ਸੋਲਰ ਨਾਲ, ਹੈ ਨਾ। ਲਾਈਟ ਤਾਂ ਹੈ ਨਹੀਂ, ਹੁਣ ਸੋਲਰ ਨੇ ਨਜ਼ਾਰੇ ਬੰਨ ਰੱਖੇ ਹੈ। ਨਾਲੀ 'ਚ ਵੀ ਪਾਣੀ ਆ ਗਿਆ ਆਪਣੇ, ਅਤੇ ਹੁਣ ਸੋਲਰ ਵਾਲੀ ਚੱਲੀ ਜਾਂਦੀ, ਫਿਰ ਉਸੇ 'ਤੇ ਮੋਨੋ ਪਲੱਗ ਜੋੜ ਦਾਂਗੇ ਜਿਹੜੀ ਆਪਾਂ ਲਿਜਾ ਕੇ ਉੱਥੇ ਰੱਖੀ ਸੀ ਮੋਟਰ, ਹੈ ਨਾ। ਵੇਖ ਲਓ ਇੱਧਰ, ਵੇਖੀ ਚੱਲੋ ਹੁਣ, ਅਤੇ ਉਹ ਗਾਂਹ ਚੱਲ ਕੇ ਤੁਹਾਨੂੰ ਦਿਖਾਉਂਦਾ ਵੀ ਉੱਥੇ ਕੀ ਹੋਇਆ। ਆਹ ਵੇਖ ਲਓ, ਅਤੇ ਹਜੇ ਉਹ ਮੋੜ 'ਤੇ ਹੀ ਪਹੁੰਚੀ ਹੈ। ਆਪਾਂ ਝੋਨੇ ਦਾ ਗੇੜਾ ਵੀ ਕੱਢਿਆ ਹੁੰਦਾ 3 ਕਿੱਲਿਆਂ ਦਾ, ਮੋਟਰਸਾਈਕਲ 'ਤੇ ਆ ਕੇ ਹੁਣ ਪਾਣੀ ਵੇਖ ਕੇ ਆਉਂਦੇ ਹਾਂ ਸੋਲਰ ਮੋਟਰ 'ਤੇ ਕਿੰਨਾ ਗਾ। ਆਹ ਦੇਖ ਲਓ, ਤੂੰ ਜ਼ਿਆਦਾ ਸਿਰਾ ਕਰਾ ਗਈ। ਆਹ ਦੇਖ ਲਓ ਇੱਧਰ, ਸਾਰੀਆਂ ਇੱਟਾਂ ਧੱਕਤੀਆਂ, ਉਹ ਸਾਰੀਆਂ ਇਕੱਠੀਆਂ ਹੋ ਗਈਆਂ। ਇੱਧਰ ਦੇਖ ਲਓ, ਇਹ ਕਿਹਨੇ ਠੀਕ ਕਰਨਾ ਹੈ, ਬਸ ਐਂ ਚੱਲੀ ਜਾਣਾ, ਉੱਤੋਂ ਦੀ ਲੰਘੀ ਜਾਣਾ, ਹੈ ਨਾ। ਆਹ ਦੇਖ ਲਓ ਇੱਧਰ, ਉਹ ਬਾਂਝ 'ਚ ਡਿੱਗੀਆਂ ਪਈਆਂ। ਦੇਖ ਲਓ, ਜਦੋਂ ਪਹਿਲਾਂ ਲੰਘਾਈਆਂ ਇਹਨਾਂ ਨੇ ਉਦੋਂ ਇੱਟਾਂ ਨਿਕਲੀਆਂ ਕੁਛ ਕੁ, ਤਾਂ ਡਿੱਗੀਆਂ ਵਿੱਚ, ਮੀਂਹ ਪੈਪ ਘਾਰੇ ਪਈ ਜਾਂਦੇ, ਹੁਣ ਫਿਰ ਲੰਘਾ ਕੇ ਲੈ ਗਿਆ। ਦੇਖ ਲਓ, ਫਿਰ ਜਿਹੜੇ ਲੰਘਣ ਵਾਲੇ ਇੱਧਰ ਆ, ਜਿਨ੍ਹਾਂ ਦੀਆਂ ਪੈਲੀਆਂ ਜਾਂ ਕਿਤੇ ਹੋਰ ਹੈ ਸੂਏ ਦੇ ਨਾਲ ਤਾਲ, ਜਿਹੜੇ ਲੰਘਦੇ ਆ ਫਿਰ ਕਹਿੰਦੇ ਆ ਬਈ ਤੁਸੀਂ ਮਿੱਟੀ ਨਹੀਂ ਲਾਉਂਦੇ ਰਾਹ ਨਾਲ, ਅਸੀਂ ਕੀ ਲਾਈਏ ਹੁਣ ਆਹ ਹਾਲ ਕਰ ਲਓ। ਦੇਖ ਲਓ, ਉੱਤੇ ਉੱਤੇ ਲੰਘਾ ਕੇ ਲਈ ਜਾਂਦੇ, ਇੱਟਾਂ ਤਾਂ ਨਿਕਲਣੀਆਂ ਹੀ ਹੈ। ਪਹਿਲਾਂ ਟਰਾਲੇ ਵਾਲਿਆਂ ਨੇ ਨਹੀਂ ਛੱਡਿਆ, ਮਿੱਟੀ ਲਾਈ ਹੋਣਾ ਮਸ਼ੀਨਾਂ, ਚੰਗਾ ਭਲਾ ਇਹਨਾਂ ਕੋਲ ਟਰਾਲਾ ਵੀ ਹੈਗਾ, ਉੱਤੇ ਲੱਦ ਕੇ ਲਿਜਾ ਵੀ ਸਕਦੇ ਆ ਚੰਗਾ ਭਲਾ ਲੋਡ ਕਰਕੇ, ਹੈ ਨਾ। ਫਿਰ ਵੀ ਦੇਖ ਲਓ, ਦੇਖ ਲਓ ਇੱਧਰ ਹੁਣ, ਹੈ ਨਾ, ਸਾਰਿਆਂ ਨੂੰ ਦੀਂਦਾ, ਹੁਣ ਨਹੀਂ ਕੋਈ ਬੋਲਦਾ ਵੀ ਮਸ਼ੀਨ ਲੰਘ ਗਈ। ਅਤੇ ਜਦੋਂ ਸਾਡੇ ਵਰਗੇ ਤੋਂ ਮਿੱਟੀ ਨਹੀਂ ਲੱਗਦੀ ਨਾਲ, ਉਦੋਂ ਕਹਿਣਗੇ ਵੀ ਹਾਂ ਮਿੱਟੀ ਨਹੀਂ ਲਾਈ। ਫੋਨ ਵੀ ਡਾਊਨ ਹੋ ਗਿਆ ਆਪਣਾ, ਚਾਰਜ ਨਹੀਂ ਲਾਇਆ ਸੀ। ਤਾਂ ਦੇਖ ਲਓ ਇੱਧਰ, ਉਹ ਪੈਪ ਆਪਣੀ ਸੋਲਰ ਵਾਲੀ, ਆਹ ਇੰਜਨ ਵਾਲੀ ਹੈ, ਇਹ ਤਾਂ ਮੋਨੋ ਪਲੱਗ ਲਾ ਦਾਂਗੇ ਜਦੋਂ ਸੂਆ ਆ ਗਿਆ ਅੱਧਾ ਕੁ, ਹੈ ਨਾ। ਅਤੇ ਫਿਰ ਸੋਲਰ 'ਤੇ ਚਲਾਵਾਂਗੇ, ਨਾਲੇ ਟੈਸਟ ਹੋ ਜੂ, ਦਿਖਾਵਾਂਗੇ, ਵਲੌਗ ਬਣਾਵਾਂਗੇ ਪ੍ਰੋਪਰ। ਉਹ ਪਈ ਢੱਕੀ ਵੀ, 5 ਦੀ ਮੋਟਰ ਆ ਉਹ, ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਪਾਣੀ ਤਾਂ ਖੜ੍ਹਾ ਹੈ, ਜੇ ਵਾਧੂ ਚੱਲੂਗਾ ਤਾਂ ਕਿਤੇ ਨਹੀਂ ਜਾਂਦਾ, ਉੱਧਰੋਂ ਵੀ ਤੁਰਿਆ ਆਊਗਾ ਜਿਵੇਂ ਜਿਵੇਂ ਚੱਲੀਗਾ, ਹੈ ਨਾ। ਬਾਕੀ ਇੱਕੋ ਹੀ ਕਰਤਾ, ਇੱਧਰੋਂ ਪੱਟਤਾ ਸੀ, ਡੂੰਘਾ ਕਰਤਾ ਸੀ ਪੂਰਾ ਸੋਲਰ ਆਪਣਾ। ਮਿੱਟੀ ਵੇਖ ਲਓ, ਇੰਨੀ ਇੰਨੀ ਪੱਟ ਕੇ ਅਤੇ ਕਿੰਨਾ ਡੂੰਘਾ ਹੋ ਗਿਆ, ਹੈ ਨਾ। ਉਹ ਉੱਥੋਂ ਤੱਕ ਪੱਟਿਆ ਸੀ ਉਹ, ਦੇਖੋ ਮੋਟਰ ਹੁਣ ਪੂਰੀ ਆਪਣੀ ਵਿੱਚ ਪਈ ਹੈ, ਬਸ ਆ ਜਾਣਾ ਪਾਣੀ ਨਾਲੀ 'ਚ ਤਾਂ ਆ ਗਿਆ ਅੱਧਾ ਕੁ। ਸੂਆ ਇੱਧਰ ਵੀ ਥੋੜ੍ਹਾ ਥੋੜ੍ਹਾ ਹੈਗਾ ਪਾਣੀ, ਅਤੇ ਇੱਧਰ ਤਾਂ ਭਰਿਆ ਹੀ ਖੜ੍ਹਾ, ਪੂਰਾ ਡੂੰਘਾ ਹੈ, ਅੱਜ ਤਾਂ ਚੱਲੂਗਾ। ਅੱਜ ਮੈਨੂੰ ਲੱਗਦਾ ਸਾਰੇ ਦਿਨ 'ਚ ਹੀ ਚੱਲੀ ਜਾਣੀ ਹੈ ਇਹਨੇ, ਕਿਉਂਕਿ ਪਾਣੀ ਬਹੁਤ ਆ। ਚਲੋ ਮਿੱਤਰੋ, ਮਿਲਦੇ ਹਾਂ ਕਿਸੇ ਹੋਰ ਘੈਂਟ ਜਿਹੇ ਵਲੌਗ 'ਚ। ਬਾਕੀ ਆਪਣਾ ਕਾਫੀ ਲੰਬਾ ਵਲੌਗ ਹੋ ਹੀ ਗਿਆ, 10 ਕੁ ਮਿੰਟਾਂ ਦਾ, ਕੱਲ੍ਹ ਵੀ ਕਲਿੱਪਾਂ ਲਈਆਂ ਸੀ, ਹੈ ਨਾ, ਰੇਹ ਲੈ ਕੇ ਆਏ ਸੀ। ਅਤੇ ਮਿਲਦੇ ਹਾਂ ਕਿਸੇ ਹੋਰ ਘੈਂਟ ਜਿਹੇ ਵਲੌਗ 'ਚ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ, ਅਤੇ ਜੁੜੇ ਰਹੋ ਸਾਡੇ ਨਾਲ।